ਨਸਲਾਂ ਜ਼ੋਰ ਵਿਖਾਉਂਦੀਆਂ ਜਦੋਂ ਉਖਲੀ ਗੱਤ ਛੱਡੀਆਂ, ਠੀਕ ਹੈ ਨਾ, ਜਿਵੇਂ ਦੀ ਕਿਸੇ ਦੀ ਨਸਲ ਹੋਵੇ ਨਾ ਉਹ ਉਵੇਂ ਦਾ ਰੰਗ ਜ਼ਰੂਰ ਵਿਖਾਉਂਦੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਸ਼ੁਰੂ ਅੱਲਾ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ। ਦੋਸਤੋ, ਬਜ਼ੁਰਗੋ, ਆਪ ਦੇਖ ਰਹੇ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਅਫੀਸ਼ਲ। ਮੈਂ ਹੂੰ ਆਪਕਾ ਹੋਸਟ ਏ.ਜੀ. ਅਜ਼ਹਰ ਖਾਨ। ਮੇਰੀ ਤਰਫ ਸੇ ਸਭੀ ਭਾਈਓਂ ਬਜ਼ੁਰਗੋ ਕੋ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੁ। ਤੋ ਅੱਜ ਤਰੀਕ ਹੈ 19 ਅਪ੍ਰੈਲ 2024, ਦਿਨ ਹੈ ਜੁਮਾਤੁਲ ਮੁਬਾਰਕ ਹੈ। ਮੈਂ ਇਸ ਵਕਤ ਮੌਜੂਦ ਹੂੰ ਰਾਏ ਮੁਹੰਮਦ ਅਕ ਜਵੇਦ ਸਾਹਿਬ ਕੇ ਡੇਰੇ ਪਰ। ਮਾਸ਼ਾਅੱਲਾ, ਹਰ ਦਫਾ ਨਿਊ ਮਾਲ ਲੇਕਰ ਆਤੇ ਹੈ, ਅਲੱਗ ਕੁਆਲਿਟੀ ਲੇਕਰ ਆਤੇ ਹੈ। ਤੋ ਚਲਤੇ ਹੈ ਭਾਈ ਕੇ ਪਾਸ, ਜੋ ਵੀ ਦੋਸਤ ਹਜ਼ਰਾਤ ਇਨਸੇ ਗੱਬਨ ਜੋਟੀਆਂ ਲੈਣਾ ਚਾਹ ਰਹਾ ਹੈ, ਫੁੱਲ ਤਿਆਰ ਜੋਟੀਆਂ ਲੈਣਾ ਚਾਹ ਰਹਾ ਹੈ, ਤੋ ਇਨਸੇ ਰਾਬਤਾ ਕੀਜੀਏਗਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸੁਣ ਵੀਰ, ਕੀ ਹਾਲ ਹੈ? ਅਲਹਮਦੁਲਿਲਾ, ਤਬੀਅਤਾਂ ਸਿਹਤਾਂ ਠੀਕ ਨੇ? ਸਭ ਤੋਂ ਪਹਿਲਾਂ ਮੇਰੇ ਵੇਖਣ ਨੂੰ ਆਪਣਾ ਤੇ ਆਪਣੇ ਇਲਾਕੇ ਦਾ ਜ਼ਰਾ ਤਾਰਫ ਕਰਵਾ ਦਿਓ। ਨਾਮ ਮੇਰਾ ਰਾਏ ਆਕਮ ਜਵੇਦ, ਜ਼ਿਲ੍ਹਾ ਨਨਕਾਣਾ ਸਾਹਿਬ, ਪਿੰਡ ਜਸਲਾਣੀ ਮੋੜ ਹੈ, ਜੋ ਨਨਕਾਣਾ ਸਾਹਿਬ ਤੋਂ 16 ਕਿਲੋਮੀਟਰ ਪਿੱਛੇ ਪੈਂਦਾ। ਹਾਂਜੀ, ਸਾਰੇ ਰਸਤੇ ਨਿਕਲਦੇ ਲੱਗਦੇ ਨੇ ਜੀ, ਚੌਪਾ ਦੇ ਵਿਚਲਾ ਸਾਨੀ ਸੀ ਬੈਠੇ। ਅੱਛਾ, ਫੈਸਲਾਬਾਦ ਇਥੋਂ 70 ਕਿਲੋਮੀਟਰ ਹੈ, ਸ਼ੇਖਪੁਰਾ ਇਥੋਂ 30 ਕਿਲੋਮੀਟਰ ਹੈ, ਨਨਕਾਣਾ 16 ਕਿਲੋਮੀਟਰ ਹੈ, ਤੇ ਅਗਰ ਕੋਈ ਮੇਰਾ ਭਰਾ ਫੈਸਲਾਬਾਦ ਤੋਂ ਸਿੱਧਾ ਫਿਰੋਜ਼ ਵਟਵਾ ਲੱਗੇਗਾ, ਅਗਰ ਆਉਂਦਾ ਸਿਆਲ ਗੋਡੂ ਗੁਜਰਾਂ ਵਾਲਿਓ ਸ਼ੇਖਪੁਰਾ, ਸ਼ੇਖਪੁਰਾ ਫਿਰੋਜ਼ ਵਟਵਾ। ਹਾਂਜੀ ਠੀਕ ਹੈ, ਫਿਰੋਜ਼ ਵਟਵਾ ਤੋਂ 8 ਕਿਲੋਮੀਟਰ ਅੱਗੇ ਜਸਲਾਣੀ ਮੋੜ ਹੈ। ਅੱਛਾ, ਆਪਣੇ ਕੋਲ ਜੁੜੀਆਂ ਦਲ ਸਾਹਿਬ ਹੈਗੀਆਂ ਨੇ, 2 ਮਹੀਨੇ ਤੋਂ ਲੈ ਕੇ 8 ਮਹੀਨੇ ਤੀਕਰ। ਅੱਛਾ, ਗੱਲਾਂ ਬਾਤਾਂ ਨਹੀਂ ਹੈਗੀਆਂ, ਨਾ ਕੋਈ ਝੂਠ ਹੈ, ਦੱਸ ਦਿੱਤਾ ਜੀ 2 ਮਹੀਨੇ ਵਾਲੀ ਤੋਂ ਲੈ ਕੇ 8 ਮਹੀਨੇ ਜਿਸ ਕੋਲ ਆਇਆ ਉਸ ਲਾਗਾ ਜੀ ਕੋਈ ਨਹੀਂ, ਇਹ ਕੰਮ ਕੋਈ ਨਹੀਂ। ਆਪਣੇ ਕੋਲ ਮੌਜੂਦ ਹੁੰਦਾ ਮਾਲ, ਆਪਾਂ ਉਹਦੀ ਗੱਲ ਕਰਨੇ ਆ, ਜਿਹੜਾ ਆਪਣੇ ਕੋਲ ਮਾਲ ਮੌਜੂਦ ਹੋਵੇ ਨਾ ਆਪਾਂ ਉਸ ਮਾਲ ਦੀ ਗੱਲ ਕਰਨੇ, ਜਿਹੜਾ ਆਪਣੇ ਕੋਲ ਮਾਲ ਨਹੀਂ ਨਾ ਹੈਗਾ ਆਪਾਂ ਉਹਦੀ ਗੱਲ ਨਹੀਂ ਕਰਦੇ। ਇਸ ਗੱਲ ਦਾ ਤੁਹਾਨੂੰ ਵੀ ਪਤਾ, ਪਹਿਲੇ ਦਿਨ ਤੋਂ ਲੈ ਕੇ ਅੱਜ ਤਿੱਕਰ ਜਿਹੜੀ ਜਾਨਵਰ ਨਹੀਂ ਹੈਗਾ ਉਸ ਗੱਲ ਹੁੰਦੀ ਨਹੀਂ ਕਰਦੇ। ਬੇਸ਼ੱਕ, ਇਹ ਜੁੱਟੀਆਂ ਚੈੱਕ ਕਰਾਉਂਦੇ ਆ ਤੁਹਾਨੂੰ, ਪਹਿਲੇ 8 ਮਹੀਨੇ ਵਾਲੀਆਂ ਚੈੱਕ ਕਰਾਉਂਦੇ ਆ, ਫਿਰ 2, 3, 4, 5 ਮਹੀਨੇ ਵਾਲੀਆਂ ਚੈੱਕ ਕਰਾਉਂਦੇ। ਜੀ ਠੀਕ ਹੈ ਜੀ, ਮਾਸ਼ਾਅੱਲਾ ਜੀ, ਰੇਟ ਪਹਿਲੇ ਦੱਸ ਦਈਏ, 2 ਮਹੀਨੇ ਤੋਂ ਲੈ ਕੇ 4 ਮਹੀਨੇ ਤੀਕਰ, 4.5 ਮਹੀਨੇ ਤੀਕਰ, 5 ਮਹੀਨੇ ਤੀਕਰ, ਉਹਦਾ ਰੇਟ 550 ਰੁਪਏ। ਹਾਂਜੀ, ਜਿਹੜੀ ਉੱਤੇ ਲੈਣੀ ਹੈ ਉਹ 650 ਹੈ। ਅੱਛਾ ਠੀਕ ਹੈ, ਦੁਨੀਆ ਜੋ ਮਰਜ਼ੀ ਵੇਚਦੀ ਰਵੇ, ਸਾਡੀ ਜੋ ਸਮੇਂ ਚੱਲਦਾ, ਸਾਨੂੰ ਜਿਵੇਂ ਦਾ ਮਾਲ ਲੱਭਦਾ, ਜਿਵੇਂ ਦੀ ਚੀਜ਼ ਚੰਗੀ ਲੈਂਦੇ ਹਾਂ ਅਸੀਂ, ਨਾ ਕੋਈ ਪੇਟਣ ਲੈਂਦੇ ਹਾਂ, ਨਾ ਕੋਈ ਗਲਤ ਸੁਵਿਧਾ ਲੈਂਦੇ ਹਾਂ, ਜਿਹੜੀ ਅਸੀਂ 10-20 ਰੇਟ ਘੱਟ ਕਰਕੇ ਤਾਂ ਅਸੀਂ ਵੇਚ ਲਈਏ। ਹਾਂ ਸਹੀ, ਜਾਨਵਰ ਚੰਗਾ ਹੁੰਦਾ, ਸੁਥਰਾ ਹੁੰਦਾ, ਮੁੜ ਪੂਰੇ ਜੇ ਪੈਸਿਆਂ ਚ ਹੁੰਦਾ। ਬਿਲਕੁਲ ਸਹੀ, ਜਿਹੜੀਆਂ ਛੁੱਟੀਆਂ ਤੁਹਾਨੂੰ ਵਿਖਾਉਣ ਡਿਆ ਨਾ, ਇਹ 7-8 ਮਹੀਨੇ ਵਾਲੀਆਂ ਨੇ, ਇਹਨਾਂ ਨੂੰ 650 ਨਾਲ ਦੇਵੀਆਂ ਨਾ, ਤਾਂ 2,60,000 ਦੀ, 2,70,000 ਦੀ ਬਣਦੀ ਹੈ। ਲੋਕੀ ਜਿਹੜੇ ਨੇ ਨਾ ਉਹਨਾਂ ਦੀ ਬਣਦੀ ਪਈ ਹੈ ਇੰਜ ਦੀ, 3 ਲੱਖ ਦੇ ਉੱਤੇ, 3 ਲੱਖ ਦੇ ਉੱਤੇ, ਸਾਨੂੰ ਕੋਲ ਆਣ ਕੇ 2,70,000 ਦੇ ਬਾਅਦ ਵਾਲਾ ਸਾਰੀਆਂ ਛੁੱਟੀਆਂ 8-8 ਮਹੀਨੇ ਵਾਲੀਆਂ ਨੇ ਵਿਖਾ ਦਿੰਦੇ ਆ, ਉਂਝ ਲੈ ਜਾਵੇ ਜਿੰਨੇ ਲਿਜਾਣੀਆਂ ਆਉਣ। ਕੀ ਬਾਤ ਹੈ ਜੀ, ਠੀਕ ਹੈ, ਇਸ ਤੋਂ ਵੱਡੀ ਗੱਲ ਕਈ ਬੰਦਿਆਂ ਦੇ ਦਿਲ ਹੀ ਡਾਊਟ ਹੈ, ਸਾਨੂੰ 2,70,000 ਦੇ ਬਾਅਦ ਨਾਲ ਨਾ ਜੁੱਟੀਆਂ ਵਿਖਾਉਣ ਲੱਗੇ 8-8 ਮਹੀਨੇ ਵਾਲੀ, ਵਾਹ ਜੀ ਵਾਹ, ਉਂਝ ਲੈ ਜਾਵਣ, ਵਾਹ, ਬੋਲਣ ਤੋਂ ਬਗੈਰ ਲੈ ਜਾਵਣ। ਕੀ ਬਾਤ ਹੈ ਰਾਜ ਸਾਹਿਬ, ਮਾਸ਼ਾਅੱਲਾ ਜੀ, ਗੱਲਾਂ ਸਾਫ਼ ਤੇ ਸ਼ਫਾਫ, ਮਾਲ ਵੀ ਸਾਫ਼ ਤੇ ਕਰੋ ਜੀ ਸ਼ੌਕ, ਛੁੱਟੀ ਚੈੱਕ ਕਰਾਓ। ਹਾਂ ਠੀਕ ਹੈ, ਮਾਸ਼ਾਅੱਲਾ, 8 ਮਹੀਨੇ ਦੀ ਕੱਪਣੇ, ਹਾਂ, ਛੁੱਟੀ ਦਾ ਕੱਪ ਤੇ ਪੁੱਤ ਵੇਲ ਹਰ ਪਾਸੇ ਚੈੱਕ ਕਰਾਉਣੀ, ਥੁੰਨੀ ਗੋਲੀ
ਸਿਰ ਤਿੱਕਰ ਇਹਨੇ ਇੱਕ ਚੀਜ਼ ਵਿਖਾ ਦਿੱਤੀ ਏ ਤੇ ਦੂਜੀ ਚੀਜ਼ ਤੇ ਗੱਲ ਕਰਨੀ ਏ। ਕਈ ਬੰਦਿਆਂ ਦਾ ਸਾਡੇ ਡੰਗਰ ਦੀ ਤੁੰਨੀ ਕੋਲੀ ਨਹੀਂ ਹੁੰਦੀ, ਉਦੋਂ ਨਜ਼ਰ ਵੀ ਆਉਂਦੀ ਹੁੰਦੀ ਏ, ਉਦੋਂ ਗੱਲਾਂ ਕੀਤੀ ਆਉਂਦੇ ਨੇ। ਠੀਕ ਏ, ਪਹਿਲੇ ਤਾਂ ਜਾਨਵਰ ਆਪਣੇ ਵੇਖੋ ਉਹਦੀ, ਵੇਖੋ ਕਿ ਤੁੰਨੀ ਕੋਲੀ ਹੈ ਤਾਂ ਨਹੀਂ, ਤੇ ਅਗਰ ਹੈਗੀ ਏ ਤਾਂ ਫਿਰ ਤੁੰਨੀ ਕੋਲੀ ਚ ਨਾ ਗੱਲ ਕਰੋ, ਅਗਰ ਨਹੀਂ ਹੈ ਤਾਂ ਫਿਰ ਗੱਲ ਕਰੋ, ਕਿਉਂਕਿ ਉਹ ਨਜ਼ਰ ਆਉਂਦੀ ਪੈਂਦੀ ਏ, ਉਦੋਂ ਤੁਸੀਂ ਗੱਲ ਕਰਦੇ ਪੈਂਦੇ ਜੇ। ਠੀਕ ਏ, ਮਾਸ਼ਾਅੱਲਾ, ਹੁਣੇ ਮਾਸ਼ਾਅੱਲਾ ਚੱਡਾ ਥੱਲੇ ਲਾਈ ਖਲੀ ਜੇ। ਠੀਕ ਏ, 8 ਮਹੀਨੇ ਦੀ ਏ, ਜੇ ਤੋਲਣ ਤੋਂ ਬਗੈਰ ਕਿਸੇ ਲੈਣੀ ਹੋਵੇ ਤੇ 2,80,000 ਦੀ ਤੋਲ ਕੇ ਲੈਣੀ ਹੋਵੇ 650 ਰੁਪਏ ਕਿਲੋ। ਅੱਛਾ, ਠੀਕ ਏ, ਬਿਲਕੁਲ ਸਹੀ ਏ, ਤੋਲਣ ਤੋਂ ਬਗੈਰ 2,80 ਦੀ ਤੋਲ ਕੇ ਲੈਣੀ ਹੋਵੇ 650 ਰੁਪਏ ਕਿਲੋ। ਕੀ ਬਾਤ ਹੈ ਸਾਹਿਬ, ਪੁੱਤ ਵੇਲ ਹਰ ਚੀਜ਼ ਚੈੱਕ ਕਰੋ, ਮਾਸ਼ਾਅੱਲਾ ਲੰਬਾਈ ਵੀ ਚੈੱਕ ਕਰੋ, ਸੋਹਣੀ ਚੀਜ਼ ਤੇ ਸੋਹਣਾ ਮੁੱਲ, ਰੇਟ ਵੀ ਜਾਇਜ਼ ਤੇ ਕਰ ਲਓ ਮੌਜਾਂ ਤੇ ਲੈ ਲਓ ਨਜ਼ਾਰੇ। ਬਿਲਕੁਲ ਮਾਸ਼ਾਅੱਲਾ ਜੀ, ਕਰੋ ਜੀ ਸ਼ੌਕ ਤਸੱਲੀ ਨਾਲ, ਮਾਸ਼ਾਅੱਲਾ ਕੀ ਬਾਤ ਜੀ, ਨਾ ਟੁੰਨੀ ਨਾ ਕੌਲੀ, ਸਿੰਘ ਥੱਲੇ ਬਹਿ ਕੇ ਵਿਖਾਓ ਤੇ ਸਾਹਿਬ ਕੋਈ ਟੁੰਨੀ ਕੌਲੀ ਆਵੇ ਮੈਂ ਜ਼ਿੰਮੇਦਾਰ ਹਾਂ। ਠੀਕ ਹੈ, ਹਾਂ ਜੀ ਦਾਦਾ ਜੀ, ਹਾਂ ਬਰੀਕ ਚਮੜੀ, ਕਿਆ ਬਾਤ ਹੈ, ਕਿਆ ਬਾਤ ਹੈ, ਮਾਸ਼ਾਅੱਲਾ, ਮਾਸ਼ਾਅੱਲਾ, ਵਾਜਿਬ ਹਾਰੀ ਹੁਸਨ ਹੁਸਨ ਦੀਆਂ ਪਰੀਆਂ, ਹੁਸਨ ਦੀਆਂ ਪਰੀਆਂ ਤੋਲਣ ਤੋਂ ਬਗੈਰ 2,80 ਦੀ ਤੋਲ ਕੇ ਲਜਾਵਣ 650। ਕਿਆ ਬਾਤ ਹੈ, ਸ਼ਾਟ ਲਵਣ ਕਿਸੇ ਇੱਕ ਲੈਣੀ ਹੋਵੇ ਦੋ ਲੈਣੀਆਂ ਹੋਵਣ, ਹਾਂ ਰੇਟ ਹੋਈਏ, ਬਿਲਕੁਲ ਸਹੀ, ਇੱਕ ਰੇਟ ਵਾਲੀ ਨੂੰ ਹੋਰ ਲਾ ਦੇਈਏ, ਦੂਈ ਨੂੰ ਦੋ, ਇਹ ਦੋ ਕਿਸੇ ਲੈਣੀਆਂ ਤੇ ਨਾ ਹੋਰ ਰੇਟ ਹੋਵੇ ਤੇ ਇੱਕ ਲੈਣੀ ਤੇ ਇੱਕ ਰੇਟ ਹੈ। ਹਾਂ, ਜੇ ਲਕੋਲ ਆਇਆ ਤਾਂ ਆਖਿਆ ਜੀ ਵੀ ਇਹ ਮਾਲ ਵਿਕਿਆ ਹੋਇਆ ਹੈ। ਹਾਂਜੀ, ਇਹ ਚੈੱਕ ਕਰਾਓ, ਮਾਸ਼ਾਅੱਲਾ ਜੀ, ਕੀ ਬਾਤ ਹੈ, ਇੱਧਰ ਆਓ, ਹਾਏ ਹਾਏ ਮਾਸ਼ਾਅੱਲਾ, ਵੇਖੋ ਬਰੇ, ਹਾਏ ਹਾਏ ਕੀ ਬਾਤ ਹੈ ਜੀ, ਨਜ਼ਰ ਆਣ ਡਿਆ ਜੀ, ਆ ਰਹੇ ਜੀ, ਆ ਰਹੇ, ਕਮਾਈਓ ਵਿਖਾਓ, ਤੁੰਨੀ ਕੋਲੀ ਆ ਨਾ ਜੀ, ਨਾ ਕੁਛ ਨਹੀਂ, ਠੀਕ ਹੋ ਗਿਆ, ਬਿਲਕੁਲ ਸਹੀ ਚੀਜ਼, ਸੁਣ, ਹਾਂ ਹਾਂ, ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਵੇਖਣੀਆਂ ਪੈਂਦੀਆਂ ਨੇ, ਬਿਲਕੁਲ ਸਹੀ ਗੱਲ, ਇਹ ਲੱਭਣ ਨੂੰ ਇੰਜ ਨਹੀਂ ਲੱਭਦੀਆਂ, ਨਹੀਂ ਲੱਭਦੀਆਂ, ਫਿਰਨਾ ਪੈਂਦਾ, ਫਿਰ ਕੇ ਇੰਜ ਦੀਆਂ ਚੀਜ਼ਾਂ ਬਰੀਕੀ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਲੈਣੀਆਂ ਪੈਂਦੀਆਂ ਨੇ, ਲੈਣੀਆਂ ਪੈਂਦੀਆਂ ਨੇ, ਬਿਲਕੁਲ, ਅੱਲਾ ਦੇ ਹੁਕਮ ਨਾਲ ਛੋਟੀ ਸਾਡੀ ਤਿਆਰ ਹੋਈ, ਚੁੱਕੇ ਡਾਈ ਲੱਗਣੀ ਜੀ, ਅੱਜ ਉਹਨੇ ਲਗਾਣੀ ਹੈ ਨਾ 2,70 ਦੀ, 3 ਮਹੀਨਿਆਂ ਬਾਅਦ 5,00,000 ਦੀ ਛੋਟੀ ਸੇਲ ਹੋਵੇਗੀ, 3 ਮਹੀਨੇ ਬਾਅਦ, 7.5 ਮਹੀਨੇ ਦੀ ਹੈਗੀ ਹੈ ਨਾ, ਜਦੋਂ ਤਿਆਰ ਹੋਵੇਗੀ ਨਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ 5,00,000 ਦੀ ਜੋਟੀ ਤਿਆਰ ਹੋਵੇਗੀ, ਬਿਲਕੁਲ ਸਹੀ, 5 ਦੀ ਨਹੀਂ ਹੋਵੇਗੀ ਨਾ ਤੇ 4,90 ਦੀ ਅੰਦਰ ਸਾਹ ਲਾਜ਼ਮੀ ਹੋਵੇਗੀ। ਕੀ ਬਾਤ ਹੈ ਜੀ, ਠੀਕ ਹੈ, ਮਾਸ਼ਾਅੱਲਾ, ਵਿਖਾਓ ਫਿਰ, ਲਓ ਸਲੀ ਕਰੋ, ਕਰੋ ਜੀ ਸ਼ੌਕ, ਮੁੱਕਿਆ ਜੋ ਸ਼ੌਕ, ਕਾਂ ਕਰਾ ਪਰੰਦਾ ਵੇਖੋ ਨਾ ਲਿਆ, ਹਾਏ ਹਾਏ, ਮੈਂ ਸਤਕੇ ਜਾ, ਪੁੱਠਾ ਚੈੱਕ ਕਰੋ ਲੰਬਾਈ ਆ ਵੇਖੋ, ਮਾਸ਼ਾਅੱਲਾ, ਅੱਗੋਂ ਬਰੀਕ, ਹਾਂਜੀ ਇੱਧਰ ਆਓ, ਲਓ ਜੀ ਇੱਕ ਹੋਰ ਜੁੱਟੀ ਆ ਗਈ, ਹਾਏ ਹਾਏ, ਜੁੱਟੀ ਦੇ ਕੈਮਰਾ ਮਾਰੋ, ਮਾਸ਼ਾਅੱਲਾ ਮਾਸ਼ਾਅੱਲਾ, ਸਤਕੇ ਥੀ ਵਾਂ, ਮੈਂ 18 ਬਣ ਜਾ, ਮਾਸ਼ਾਅੱਲਾ ਜੀ, ਇੱਧਰ ਰਹਿ ਸਾਹਿਬ ਮਰੀ ਵੀ ਮੋਰੀਆਂ ਵੀ ਕੱਢੀ ਜਾ ਰਹੇ ਨੇ, ਠੀਕ ਹੈ, ਛੋਟੀ ਚੈੱਕ ਕਰੋ, ਮਾਸ਼ਾਅੱਲਾ, ਹਾਏ 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 ਹਾਏ, ਮੈਂ 18 ਬਣ ਜਾ, ਇੱਧਰ ਆਓ, ਮਾਸ਼ਾਅੱਲਾ, ਇੱਧਰ ਆਓ ਪਿੱਛੇ, ਲਓ ਜੀ, ਆਏ ਆਏ ਹਾਏ, ਪੰਡਾ ਪਾ ਛੱਡੀਆਂ ਜੀ, ਅੱਜ ਤਾਂ ਕਿਆ ਬਾਤ, ਠੰਡ ਚੈੱਕ ਕਰੋ, ਬਕਾਇਆ ਜਿਹੜੀਆਂ ਦੱਸਣ ਨੇ ਉਹ ਹੀ ਨਿਕਲਣ ਨਹੀਂਆਂ ਨੇ, ਹਾਂਜੀ, 7-8 ਮਹੀਨੇ ਵਾਲੀਆਂ ਹੈਣ ਦੀਆਂ ਤੇ ਗੱਲ ਕਰੀ ਦੀ, ਹਾਂ ਜੇ ਨਾ ਹੋਵਣ ਤੇ ਨਹੀਂ ਗੱਲ ਕਰੀ ਦੀ, ਬਿਲਕੁਲ ਸਹੀ, ਪਛਾ ਵਿਖਾ ਜੁੱਟੀਆਂ ਦੀ, ਠੀਕ ਹੈ, ਸੀਰੀਜ਼ ਲਾ ਕੈਮਰਾ ਲੱਗ ਗਿਆ ਜੀ, ਠੀਕ ਹੈ, ਪੂਰੀ ਤਸੱਲੀ ਜੁੱਟੀ ਦੀ, ਹਾਏ ਵਾਹ ਜੀ ਵਾਹ, ਮਾਸ਼ਾਅੱਲਾ, ਚੱਪਾ ਚੱਪਾ ਕਸ਼ਮਾ, ਇੱਧਰ ਜੀ ਵਾਹ, ਕੀ ਬਾਤ ਹੈ, ਚੱਪਾ ਤਾਂ ਕੀ ਗਿੱਠ ਗਿੱਠੇ, ਠੀਕ ਹੈ, ਹਾਂ
ਬਿਲਕੁਲ ਜੀ ਸਹੀ ਗੱਲ ਹੈ ਮਾਸ਼ਾਅੱਲਾ ਜਿਹੜਾ ਗੱਲਾਂ ਕਰਦੇ ਨੇ ਜੀ ਸਾਡਾ ਕੋਲ ਵੱਲ ਸਿੱਖ ਗਏ ਨੇ ਸਾਡਾ ਸ਼ੁਰੂ ਤੋਂ ਰੱਖ ਕੇ ਰਿਕਾਰਡ ਚੈੱਕ ਕਰ ਲਵਣ ਜੀ ਸ਼ੇਰਾ ਕੰਮ ਕਰਨ ਦਾ ਠੀਕ ਹੈ ਸ਼ੁਰੂ ਤੋਂ ਰੱਖ ਕੇ ਪਿਓ ਦਾਦਾ ਤੋਂ ਕੰਮ ਕਰਨ ਦਾ ਕੀ ਬਾਤ ਹੈ ਠੀਕ ਹੈ ਜਿਨ੍ਹਾਂ ਨੂੰ ਜੁਮਾ ਜੁਮਾਟ ਦੇ ਨਾਲ ਕੰਮ ਕਰਦੇ ਪੈਣ ਉਹ ਆਂਦੇ ਨੇ ਜੀ ਸਾਡੇ ਸ਼ਕੀਰਤ ਨੇ ਉਹ ਆਂਦਾ ਜੀ ਬੂਟਾ ਮੇਰਾ ਸ਼ਕੀਰਤ ਹੈ ਜਵੇਦ ਮੇਰਾ ਸ਼ਕੀਰਤ ਹੈ ਤੂੰ ਸਾਬਤ ਕਰ ਮੀਨਾ ਤੇਰੇ ਨਾਲ ਅਸੀਂ ਰਲ ਕੇ ਕੰਮ ਕਰਦੇ ਰਹੇ ਤੇਰਾ ਕੰਮ ਚਲਾਉਣ ਦੀ ਵਾਸਤੇ ਅੱਜ ਤੈਨੂੰ ਗੱਲਾਂ ਆ ਗਈਆਂ ਨੇ ਅੱਜ ਕਿ ਮੇਰੇ ਜੀ ਸ਼ਕੀਰਤ ਨੇ ਤੂੰ ਸਾਬਤ ਕਰਾ ਸ਼ਕੀਰਤ ਕਿਹਨੂੰ ਆਉਂਦੇ ਨੇ ਸ਼ਕੀਰਤ ਤੁਹਾਨੂੰ ਨਹੀਂ ਆਉਂਦਾ ਕਿ ਮੀਨਾ ਕਿਸੇ ਨਾਲ ਕੰਮ ਕਰ ਲਵੇ ਉਸਤਾਦ ਉਹ ਹੀ ਹੁੰਦਾ ਕਿ ਜਿਹੜਾ ਸ਼ੁਰੂ ਤੋਂ ਰੱਖ ਕੇ ਉਹਦੇ ਨਾਲ ਟੁਰੋ ਸਾਡੇ ਪਿੰਡ ਦਾ ਤੂੰ ਸ਼ਕੀਰਤ ਹੈ ਇਸ ਗੱਲ ਦਾ ਤੈਨੂੰ ਵੀ ਪਤਾ ਸਾਨੂੰ ਵੀ ਪਤਾ ਤੂੰ ਸਾਡੇ ਪਿੰਡ 5 ਸਾਲ ਰਹਿ ਕੇ ਗਿਆ ਤੂੰ ਸਾਡਾ ਸ਼ਕੀਰਤ ਹੈ ਜੀ ਉਹ ਸ਼ੇਰਾ ਨਹੀਂ ਉਹ ਮੁਕਾਬਲਾ ਤੇਰਾ ਪਕਾਇਆ ਸੀ ਤੇ ਕਦੀ ਗੱਲ ਹੀ ਨਹੀਂ ਕਰੀ ਦੀ ਠੀਕ ਹੈ ਜੋ ਹੁੰਦਾ ਪਿਆ ਹੁੰਦਾ ਰਵੇ ਹਾਂ ਸਦਾਤਾ ਜੀ ਜੇ ਤੂੰ ਇੰਜ ਆਖਿਆ ਨਾ ਕਿ ਮੈਨੂੰ ਵੱਲ ਬੂਟੇ ਨੂੰ ਮੈਂ ਵੱਲ ਸਿਖਾਇਆ ਬੂਟਾ ਮੇਰਾ ਸ਼ਕੀਰਾ ਦੇ ਜੋਇਦ ਮੇਰਾ ਸ਼ਕੀਰਾ ਦੇ ਇਹ ਤੇਰੀ ਗਲਤ ਫਹਿਮੀ ਹੈ ਇਹ ਸਾਰਿਆਂ ਨੂੰ ਪਤਾ ਚਾਚਾ ਬੂਟਾ ਦਾ ਬੌਸ ਹੈ ਇਧਰ ਮਾਰੋ ਕੈਮਰਾ ਕੀ ਬਾਤ ਹੈ ਕੀ ਬਾਤ ਹੈ ਮਾਸ਼ਾਅੱਲਾ ਚੀਜ਼ਾਂ ਚੈੱਕ ਕਰੋ ਠੀਕ ਹੈ ਦੋ ਪਾਰਟੀਆਂ ਨੂੰ ਅਮਲਾ ਲਾਉਣ ਇਹਦੀ ਜੋਟੀ ਮੈਨੂੰ ਵਿਖਾ ਦੇਵਾ ਮੇਰੇ ਭਰਾ ਕਰਨ ਦੇਣਗੇ ਠੀਕ ਹੈ ਫੈਸਲਾ ਕਮੈਂਟਸ ਵਿੱਚ ਆਵੇਗਾ ਕੀ ਬਾਤ ਹੈ ਰਿਆਜ ਦੀ ਵੀ ਵੀਡੀਓ ਦੁਨੀਆਂ ਵੇਖਦੀ ਮੇਰੀ ਵੀ ਦੁਨੀਆਂ ਵੇਖਦੀ ਹੈ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਲਾ ਪਾਕ ਤੋਂ ਡਰ ਕੇ ਆਣਾ ਦੁਨੀਆਂ ਇੰਤਜ਼ਾਰ ਕਰਦੀ ਵੀਡੀਓ ਦਾ ਬਿਲਕੁਲ ਜਿਵੇਂ ਦੀ ਇਹ ਛੋਟੀ ਵਿਖਾਉਣ ਦਾ ਨਵੇਂ ਦੀ ਮੈਂ ਵਿਖਾਉਣਾ ਫੈਸਲਾ ਬਰਾ ਕਰ ਦੇਣ ਹਾਂ ਸ਼ਹਿਜ਼ਾਦਾ ਵੀਰੀ ਕਿੰਨੀ ਚੰਗੀ ਹੈ ਹਾਂ ਸ਼ਹਿਜ਼ਾਦਾ ਜੀ ਨਹੀਂ ਰਿਸਾ ਰਹਿ ਤੇਰੀਆਂ ਠੀਕ ਹੈ ਹਾਂ ਕੀ ਬਾਤ ਹੈ ਮਾਸ਼ਾਅੱਲਾ ਕੀ ਬਾਤ ਹੈ ਕੀ ਬਾਤ ਇਹ ਮੇਰੀ ਫੈਮਿਲੀ ਫੈਸਲਾ ਕਰੇਗੀ YouTube ਦੀ ਫੈਮਿਲੀ Facebook ਦੀ ਫੈਮਿਲੀ ਅੱਜ ਪਤਾ ਲੱਗ ਜਾ ਕਮੈਂਟਸ ਦੇ ਅੰਬਾਰ ਲਾ ਦਿਓ ਕਿ ਇਹਦੀ ਅਜ਼ਰ ਨਾਲ ਕਿੰਨਾ ਪਿਆਰ ਹੈ ਰਾਇ ਨਾਲ ਕਿੰਨਾ ਪਿਆਰ ਹੈ ਬਿਲਕੁਲ ਠੀਕ ਹੋ ਗਿਆ ਨਸਲ ਬੇਨਸਲਾਂ ਦਾ ਪਤਾ ਲੱਗਦਾ ਗੱਲਾਂ ਤੋਂ ਗੱਲਾਂ ਤੋਂ ਪਤਾ ਲੱਗਦਾ ਹਾਂਜੀ ਜਾਨਵਰ ਵਿਖਾਓ ਹਾਏ ਮਾਸ਼ਾਅੱਲਾ ਵਿਖਾ ਛੋਟੀ ਦੀ ਹਾਏ ਕੀ ਬਾਤ ਹੈ ਕੀ ਬਾਤ ਮਾਸ਼ਾਅੱਲਾ ਚੈੱਕ ਕਰੋ ਜੀ ਪਸ਼ਮਾ ਵੀ ਚੈੱਕ ਕਰੋ ਹਾਏ 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 ਕੀ ਬਾਤ ਹੈ ਮਾਸ਼ਾਅੱਲਾ ਚੈੱਕ ਕਰੋ ਛੱਲੀ ਨਾਲ ਸ਼ੌਕ ਪੂਰੇ ਕਰੋ ਜੀ ਮਾਸ਼ਾਅੱਲਾ ਕੀ ਬਾਤ ਹੈ ਜੀ ਲਓ ਜੀ
ਇੱਧਰ ਆਓ, ਆਹ ਮਾਰੋ ਇਹਦਾ ਤਾਂ ਕੈਮਰਾ। ਕੀ ਬਾਤ ਹੈ ਜੀ, ਠੀਕ ਹੈ। ਇੱਕ ਗੱਲ ਹੋਰ ਵੀ ਗਈ, ਵੀਡੀਓ ਵਿਖਾਉਣ ਦੇ ਪਿਛਲੀ ਵੀਡੀਓ ਹੀ ਬਣੀ ਹੈ। ਹਾਂਜੀ, ਜਿਹੜਾ ਛੋਟੀ ਪੁਰਾਣੀ ਕੱਟੇਗਾ ਚਾਹੇ ਆਪਣਾ ਚਾਹੇ ਬਗਾਨਾ ਫ੍ਰੀ ਲੈ ਕੇ ਵਗਦੇ। ਹੱਸ ਦਾਦਾ ਜੀ, ਠੀਕ ਹੈ ਬੱਲੇ। ਪਿਛਲੀ ਵੀ ਵੀਡੀਓ ਵਿਖਾਈ ਹੈ ਮੰਗਲ ਨਾਲ ਡੰਗ ਬਣੀ ਹੈ। ਹਾਂਜੀ, ਅੱਜ ਜੁਮੇ ਨੂੰ ਬਣਦੀ ਪਈ ਹੈ। ਹਾਂ ਬਿਲਕੁਲ, ਠੀਕ ਹੈ। ਕੋਈ ਆਪਣਾ ਬਗਾਨਾ ਕੋਈ ਛੋਟੀ ਪੁਰਾਣੀ ਕੱਟੇ ਮਾਲ ਫ੍ਰੀ ਲੈ ਕੇ ਵਗਦੇ। ਕਿਆ ਬਾਤ, ਮੈਨੂੰ ਛੁੱਟੀ ਦਿਓ, ਜਿਹੜੇ ਲੋਕੀ ਆਂਦੇ ਨੇ ਨਾ ਸਾਡੀ ਪੁਰਾਣੀ ਕੱਢੋ, ਮੈਂ ਕਹਿਣਾ ਤੇ ਮੈਨੂੰ ਆਪਣੇ ਪਿਓ ਦੇ ਬਣਾ ਤੇ ਦੇਵਣ। ਕਿਆ ਬਾਤ ਹੈ ਜੀ, ਮੇਰਾ ਲਾਸ ਵਿੱਚ ਪਹਿਲੇ ਨੰਬਰ ਤੇ ਲਾ ਜਿਹੜੇ ਆਂਦੇ ਨੇ ਸਾਡੇ ਕੋਲ ਪੁਰਾਣੀਆਂ ਕੋਈ, ਮੈਂ ਕੱਢ ਕੇ ਆਉਣਾ ਦਿੱਲੀ। ਹੈ ਸਦਾਤਾ ਯਾਰ ਤੂੰ ਨਹੀਂ ਰੀਸਾ ਸ਼ਨਾਜ਼ੀਆਂ। ਕਿਆ ਬਾਤ ਹੈ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਚੈੱਕ ਕਰੋ ਜੋਟੀ ਕੱਦ ਕਾਢ ਦੇ ਨਿੱਕੀ ਨਿੱਕੀ ਸਿੰਗੀ, ਮਾਸ਼ਾਅੱਲਾ ਲੰਬਾਈ ਚੈੱਕ ਕਰੋ। ਹਾਏ ਹੈ ਮਠਾਰ ਮੰਜਾ ਹੈ, ਮਾਸ਼ਾਅੱਲਾ ਚੈੱਕ ਕਰੋ ਨਸਲ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਰਾਤ ਚਰੀਆਂ ਰੀਸਾਂ। ਕਈ ਬੰਦੇ ਹੈਗੇ ਨੇ, ਇੱਧਰ ਲਾਓ ਕੈਮਰਾ, ਥੱਲੇ ਇੱਧਰ ਰੱਖਿਆ ਕਰੋ, ਇੱਧਰ ਨਜ਼ਰ ਨਹੀਂ ਆਣਾ। ਚਲੋ ਮਾਸ਼ਾਅੱਲਾ ਤੁਹਾਨੂੰ ਦਿਖਾ ਰਹੇ, ਇੱਕ ਮਿੰਟ ਮੈਂ ਕਾ ਕਰਦਾ, ਠੀਕ ਹੈ। ਸਾਰੀਆਂ ਯਾਰ ਸਾਹਿਬ 7 ਮਹੀਨੇ ਦੀ 8 ਮਹੀਨੇ ਦੀ ਸਹੀ ਹੋ ਗਿਆ ਜੀ। ਪਕਾ ਉਹ ਜੁੱਤੀ ਇੱਕ ਮਿੰਟ ਲੈ ਆ, ਮਾਸ਼ਾਅੱਲਾ ਲਓ ਜੀ। ਬੰਦੇ ਆ ਜਿਹੜਾ ਕਿ ਸਾਡੇ ਰੰਗੀ ਜੁੱਤੀ ਕੱਢਣ, ਹਾਂ ਦੋਵੇਂ ਫਾਰਮ ਵਾਲੇ। ਅੱਛਾ, ਮੈਂ ਆਣਾ ਕਿ ਮੈਂ ਕੱਢ ਦਿੱਤੀ ਤੇ ਤੁਸੀਂ ਹੁਣ ਮੇਰੇ ਰੰਗੀ ਜੁੱਤੀ ਕੱਢੋ। ਹਾਂ, ਆ ਦੋ ਫਾਰਮ ਵਾਲਿਆਂ ਨੂੰ ਚੈਲੰਜ ਹੈ ਮੇਰਾ, ਹਾਂ ਜੁੱਤੀ ਕੱਢਣ, ਫੈਸਲਾ ਮੇਰੇ ਭਰਾਵਾਂ ਤੇ, ਕਮੈਂਟਸ ਕਰਕੇ ਉਹਨਾਂ ਦੱਸਣਾ। ਕੀ ਬਾਤ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਮੋਰਨੀ ਵਾਂਗੂ ਚਾਲ ਹੈ। ਹਾਏ ਹਾਏ, ਕੁੰ ਨੀਲੀ ਦੀਆਂ ਕੁੰਜਾਂ, ਨੀਲੀ ਰਾਵੀ ਦੀ, ਹਾਏ ਹਾਏ ਮੱਠਾ ਰਵਾਂਜਾ, ਤਸੱਲੀ ਕਰਾ ਮੈਂ। ਹਾਏ ਮਾਸ਼ਾਅੱਲਾ, ਲਓ ਜੀ ਚੈਲੰਜ ਹੈ ਮੇਰਾ, ਮੈਂ ਲੋਕਾਂ ਦਾ ਚੈਲੰਜ ਤੋੜਨਾ, ਮੇਰਾ ਚੈਲੰਜ ਤੋਂ ਤੋੜ ਕੇ ਵਿਖਾਵਾਂ। ਹਾਂ ਸਦਾ ਦੇ ਫੈਸਲਾ ਭਰਾਵਾਂ ਤੇ, ਹਾਂ ਇੱਧਰ ਆ, ਮਾਸ਼ਾਅੱਲਾ ਚੈਲੰਜ ਇੰਜ ਨਹੀਂ ਟੁੱਟਦੇ, ਇੰਜ ਦਾ ਚੈਲੰਜ ਲਿਆਣ ਕੇ ਇੰਜ ਦਾ ਵਿਖਾਵਾਂ ਤੇ ਮੈਂ ਟੁੱਟ ਤੋੜਾਂਗਾ। ਹਾਂ ਸਦਾ ਦੇ, ਦੋਨ ਦਾ ਦੰਦ ਵਾਲੀ ਨਹੀਂ ਚੋਟੀ ਪੂਰਾ ਕਰਨ ਦੇ, ਇਹ ਤਾਂ ਵਿਖਾ ਤਸੱਲੀ ਕਰਾ ਮੇਰੇ ਪ੍ਰਮਾਨ ਨੂੰ, ਮੈਂ ਬਸ ਕਰਵਾ ਦਿਆਂਗਾ ਇੱਥੇ ਜੀ। ਸ਼ੇਰਾ ਮਾਸ਼ਾਅੱਲਾ ਚੈੱਕ ਕਰੋ ਜੀ, ਜੋਟੀ ਕਮਾਲ ਚੀਜ਼ ਹੈ ਜੀ, ਮਾਸ਼ਾਅੱਲਾ ਇਹ ਤਾਂ ਜੋਟੀ ਦੇ ਪੁੱਠੇ ਤੇ ਲਾ ਹਾਏ ਹਾਏ ਹਾਏ, ਮੈਂ ਠਰ ਜਾ ਮਮਾ, ਮਾਸ਼ਾਅੱਲਾ ਕਮੈਂਟ ਸੱਚੇ ਆ ਚਾਹੀਦਾ ਪ੍ਰਭੂ, ਮਾਸ਼ਾ ਪ੍ਰਾਂਦਾ ਥੱਲੇ ਲਮਕਦਾ ਪਿਆ ਜੇ, ਮਾਸ਼ਾਅੱਲਾ ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਓ ਆਇਆ, ਓ ਆਇਆ ਜਿਹਨਾਂ ਸਾਰੇ ਪਾਕਿਸਤਾਨ ਨੂੰ ਇੰਤਜ਼ਾਰ ਸੀ। ਅਸਲਾਮ ਅਲੈਕੁਮ ਜਨਾਬ। ਵਾਲੇਕੁਮ ਸਲਾਮ, ਸਲਾਮ ਹੈ ਜਨਾਬ ਜੀ। ਚਾਚਾ ਬੁੱਠਾ ਕੀ ਹਾਲ ਹੈ? ਅਲਹਮਦੁਲਿਲਾ ਭਾਈ ਜਾਨ ਠੀਕ ਠਾਕ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂਜੀ, ਦੋਸਤਾਂ ਭਰਾਵਾਂ ਨੂੰ ਸਾਡੇ ਜਾਨਵਰ ਖਾਓ, ਜਿਹੜੇ ਐਵੇਂ ਬੱਕ ਬੱਕ ਕਰਦੇ ਨੇ ਨਾ ਨੈਟ ਦੇ ਉੱਤੇ, ਜੇ ਉਹਨਾਂ ਨੂੰ ਚੋਖਾ ਕੋਈ ਅੰਦਰ ਉਬਾਲ ਇਹਨਾਂ ਦੇ ਸਾਡੇ ਆਮੋ ਸਾਹਮਣੇ ਬਹਿ ਕੇ ਗੱਲ ਕਰ ਲਵਾਂ, ਤੇ ਸਾਡੇ ਨਾਲ ਜ਼ਿਆਦਾ ਕਿਸੇ ਨੂੰ ਤਕਲੀਫ ਹੈ ਨਾ ਤੇ ਸਾਡੇ ਨਾਲ ਆਮਣਾ ਸਾਹਮਣਾ ਕਰਕੇ ਬਹਿ ਕੇ ਗੱਲ ਕਰ ਲੈ। ਬਿਲਕੁਲ ਸਹੀ ਗੱਲ, ਨਾਲ ਮੁੰਡ ਸੋ ਪਾ ਲੈਂਦੇ ਆ ਵੀ ਕੂੜਾ ਹੈ ਕਿ ਸੱਚਾ ਕੌਣ ਹੈ। ਬਿਲਕੁਲ, ਨੈਟ ਦੇ ਉੱਤੇ ਲੋਕਾਂ ਨੂੰ ਇਹ ਗੱਲਾਂ ਸੁਣਾਉਣ ਦਾ ਮਕਸਦ ਨਹੀਂ ਬਣਦਾ, ਠੀਕ ਹੈ ਨਾ। ਤੇ ਇੱਕ ਬੰਦਾ ਮੈਂ ਵੀਡੀਓ ਕੱਲ ਪਿਆ ਵੇਖਦਾ, ਉਕਾਤ ਦੀਆਂ ਵਿੱਚ ਗੱਲਾਂ ਪਿਆ ਕਰਦਾ ਹੈ। ਨਹੀਂ ਗਲਤ ਗੱਲ ਹੈ, ਹੈ ਤੇ ਹੁਣ ਮੈਂ ਉਹਨੂੰ ਕੁਛ ਆਖਣਾ ਨਹੀਂ ਚਾਹੁੰਦਾ। ਚਵਲ ਜਹਾਨ ਦੀਆਂ ਪਾਲੂ, ਆਪਣਾ ਪਿਓ ਦਾ ਪਤਾ ਕਰ, ਆਪਣੇ ਦਾਦੇ ਦਾ ਪਤਾ ਕਰ, ਆਪਣੇ ਪੜਦਾਦੇ ਦਾ ਪਤਾ ਕਰ। ਹਾਂ ਸਹੀ, ਸਾਡੇ ਪਿਓ ਦਾਦੇ ਦਾ ਪੜਦਾਦੇ ਦਾ ਪਤਾ ਕਰ, ਠੀਕ ਹੈ। ਸ਼ੁਰੂ ਤੂੰ ਆਪਣੀ ਮਾਲਕੀ ਹੈ, ਦਾਦੇ ਪੜਦਾਦੇ ਤੋਂ ਲੈ ਕੇ ਇੱਕ ਨਾ ਮੁਕਾਮ ਵਾਲੇ ਡੇਰੇਦਾਰ, ਠੀਕ ਹੈ, ਤੇ ਤੂੰ ਆਪਣਾ ਵੇਖ ਵੀ ਤੁਸੀਂ ਲੱਕੜਾਂ ਪੱਟਣ ਵਾਲੇ ਹੋ ਤੇ ਚੁੱਲਿਆਂ ਚ ਅੱਗ ਬਾਲਣ ਵਾਲੇ ਹੋ ਤੇ ਕੰਜਰੋ ਸਾਡਾ ਮੁਕਾਬਲਾ ਕਰਦੇ ਹੋ ਨੈਟ ਦੇ ਉੱਤੇ। ਇਹ ਜੀ ਸਾਹਿਬ ਜਿਹੜਾ ਪਹਿਲੂ ਗੱਲ ਕਰੇ ਨਾ, ਤੇਰਾ ਕੰਮ ਉੱਥੇ ਰੋਕਣਾ, ਮੈਂ ਤੈਨੂੰ ਗਲਤ ਆਖਣਾ ਨਹੀਂ, ਮੈਂ ਰੋਕ ਚਾਹੀ ਦੁਬਾਰਾ ਨਹੀਂ, ਮੈਂ ਤੈਨੂੰ ਗਲਤ ਆਖਣਾ ਜਦੋਂ ਕਿਸੇ ਦੇ ਮੁਖਾਲਫਤ ਗੱਲ ਕਰਨੀ ਹੈ ਨਾ, ਮੈਨੂੰ ਤੇਰੇ ਤੇ ਬੜਾ ਗੁੱਸਾ ਹੈ, ਨਹੀਂ ਦੁਬਾਰਾ ਉਹ ਖਤਮ, ਤੈਨੂੰ ਰੋਕਣਾ ਚਾਹੀਦਾ ਹੈ। ਹੁਣ ਮੈਂ ਵਿੱਚ ਪਿਆਖਦਾ, ਹਾਂਜੀ ਠੀਕ ਹੈ ਨਾ, ਉਹਨਾਂ ਨੂੰ ਮੇਰਾ ਚੈਲੰਜ ਹੈ, ਮੇਰੇ ਨਾਲ ਸਾਹਮਣੇ ਬਹਿ ਕੇ ਹਾਂਜੀ ਕਿੱਥੇ ਮਰਜ਼ੀ ਬਹਿ ਕੇ ਡੇਰੇ 'ਚ ਬਹਿ ਕੇ ਮੇਰੇ ਨਾਲ ਗੱਲ ਕਰ ਲਵਾਂ, ਜੇ ਉਹਨਾਂ ਦੇ ਅੰਦਰ ਕੋਈ ਉਬਾਲ ਹੈ ਨਾ ਤੇ ਮੇਰੇ ਆਹਮਣੇ ਸਾਹਮਣੇ ਕਰ ਲਵਾਂ। ਬਿਲਕੁਲ ਸਹੀ, ਠੀਕ ਹੈ ਨਾ। ਚਲੋ ਬਸ਼ਕਰ, ਤੇ ਬਾਕੀ ਗੱਲ ਇਹ ਵੇ ਕਿ ਆਪਣੀ ਔਕਾਤ ਵੇਖ ਕੇ ਗੱਲ ਕਰਨਾ। ਬਿਲਕੁਲ ਵੀ ਤੁਸੀਂ ਮਾਛੀ ਤੇ ਮੁਸੱਲੀ
ਅੰਗਰੇਜ਼ ਨੂੰ ਨੱਥ ਪਾ ਛੱਡੀ ਆਈ ਅਸੀਂ ਉਹ ਖਰਲ ਹਾਂ ਮਾਛੀ ਤੇ ਮੁਸੱਲੀ ਚਲੋ ਕੋਈ ਗੱਲ ਨੀ ਆਪਣੀ ਔਕਾਤ ਵੇਖ ਤੇ ਫਿਰ ਗੱਲ ਕਰ ਜੀ ਠੀਕ ਹੈ ਮਾਸ਼ਾਅੱਲਾ ਮੈਂ ਸਿਰਫ ਇਹਨੀ ਗੱਲ ਸਮਝਾਉਣੀ ਆਈ ਬਾਕੀ ਦੋਸਤਾਂ ਭਰਾਵਾਂ ਵਾਸਤੇ ਸਾਡੀ ਇਹ ਗੱਲ ਇੱਕ ਵਾਰੀ ਸਾਡੇ ਕੋਲ ਆਓ ਸਾਡੇ ਕੋਲ ਆਓ ਜਾਨਵਰ ਵੇਖੋ ਲੈਣਾ ਦੇਣਾ ਨਸੀਬ ਦੀ ਗੱਲ ਨਸੀਬ ਦੀ ਗੱਲ ਬਿਲਕੁਲ ਠੀਕ ਹੈ ਨਾ ਅਗਰ ਜਾਨਵਰ ਪਸੰਦ ਲੱਗਣ ਤੇ ਫੇਰ ਹੀ ਲੈਣੇ ਨੇ ਨਾ ਬਿਲਕੁਲ ਜਾਨਵਰ ਵੇਖਣਾ ਤਾਂ ਕੋਈ ਗੁਨਾਹ ਨਹੀਂ ਹਾਂਜੀ ਬਿਲਕੁਲ ਠੀਕ ਹੈ ਨਾ ਜਾਨਵਰ ਵੇਖੋ ਜਿੱਥੋਂ ਚੰਗਾ ਲੱਗੇ ਜਾਨਵਰ ਉੱਥੋਂ ਲੈ ਕੇ ਜਾਓ ਬਿਲਕੁਲ ਸਹੀ ਗੱਲ ਹੈ ਮਾਸ਼ਾਅੱਲਾ ਚੈੱਕ ਕਰੋ ਕੱਦ ਕਰ ਚਾਚੇ ਬੂਟੇ ਬਰਾਬਰ ਆ ਖਲਾ ਮਾਸ਼ਾਅੱਲਾ ਜੀ ਕੀ ਬਾਤ ਹੈ ਜੀ ਆਹ ਕੀ ਬਾਤ ਹੈ ਕੀ ਬਾਤ ਹੈ ਮਾਸ਼ਾਅੱਲਾ ਮੈਨੂੰ ਹੁਣ ਦਿਸਿਆ ਸਹੀ ਮਾਸ਼ਾਅੱਲਾ ਤੇ ਜਾਨਵਰ ਅੱਲਾ ਮੇਰੇ ਦੇ ਹੁਕਮ ਦੇ ਨਾਲ ਇੱਕ ਇੱਕ ਜਿਹੜਾ ਨੇ ਇੱਕ ਦੂਸਰੇ ਨੂੰ ਚੰਗਾ ਮਾਸ਼ਾਅੱਲਾ ਚੰਗੇ ਤੋਂ ਚੰਗਾ ਜਾਨਵਰ ਲੈ ਕੇ ਆਉਂਦੇ ਆ ਦੋਸਤਾਂ ਭਰਾਵਾਂ ਵਾਸਤੇ ਲੈ ਕੇ ਆਉਂਦੇ ਆ ਮਜ਼ਦੂਰੀ ਅਸੀਂ ਵੀ ਆਪਣੀ ਕਰਨੇ ਆ ਬਿਲਕੁਲ ਸਹੀ ਗੱਲ ਠੀਕ ਹੈ ਨਾ ਲੇਕਿਨ ਅਸੀਂ ਸ਼ੌਕ ਦਾ ਕੰਮ ਕਰਨੇ ਆ ਸ਼ੌਕ ਨਾਲ ਜਾਨਵਰ ਲੈ ਕੇ ਆਉਂਦੇ ਨੇ ਕਿਸੇ ਨਾਲ ਸਾਡਾ ਮੁਕਾਬਲਾ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਚੰਗਾ ਜਾਨਵਰ ਲੈ ਕੇ ਆਵਾਂਗੇ ਤੇ ਵੇਚਾਂਗੇ ਬਿਲਕੁਲ ਸਹੀ ਗੱਲ ਹੈ ਭੈੜਾ ਜਾਨਵਰ ਲਿਆਵਾਂਗੇ ਤੇ ਕਿਹਨੇ ਲੈਣਾ ਹੈ ਕੁਛ ਨਹੀਂ ਲੈਣਾ ਜੀ ਗਾਹ ਕੋਣ ਹਰ ਪਾਸੇ ਫਿਰਦਾ ਹੈ ਚਾਹ ਸਿਰ ਘੁੰਮਦਾ ਜੀ ਘੁੰਮਦਾ ਹੈ ਬਿਲਕੁਲ ਜਿੱਥੋਂ ਅਗਲੇ ਨੂੰ ਚੰਗਾ ਲੱਗੇ ਉੱਥੋਂ ਲੈ ਕੇ ਜਾਂਦਾ ਹੈ ਹਾਂਜੀ ਜੇ ਸਾਡੇ ਕੋਲ ਜਾਨਵਰ ਚੰਗਾ ਹੋਏਗਾ ਤੇ ਸਾਡੇ ਕੋਲ ਗਾਹ ਲੈ ਕੇ ਜਾਏਗਾ ਹਾਂ ਬਿਲਕੁਲ ਸਹੀ ਠੀਕ ਹੈ ਤੇ ਅਸੀਂ ਆਪਣੇ ਨੂੰ ਸ਼ੌਕ ਨਾਲ ਹੀ ਜਾਨਵਰ ਲੈ ਕੇ ਆਉਂਦੇ ਮਾਸ਼ਾਅੱਲਾ ਚੈੱਕ ਕਰੋ ਜੁੱਤੀ ਅੱਖਾਂ ਵਿੱਚ ਚਮਕ ਰਹੀ ਜਾਂਦੀ ਹੈ ਬਾਂਟੇ ਵਾਂਗੂ ਮਾਸ਼ਾਅੱਲਾ ਚੈੱਕ ਕਰੋ ਕੱਟੀ ਵਿੱਚ ਚਮਕ ਹੈ ਆ ਪਸ਼ਮਾ ਵੇ ਹਾਂ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਚਾਚੇ ਬੁੱਢਾ ਤੇਰੀਆਂ ਰਿਸਾ ਨਹੀਂ ਹੋ ਸਾਫ ਸੁਥਰੇ ਜਾਨਵਰ ਲੈ ਕੇ ਆਏ ਨੇ ਮਾਸ਼ਾਅੱਲਾ ਮਾਸ਼ਾਅੱਲਾ ਹਾਏ 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 ਲੰਬਾਈ ਚੈੱਕ ਕਰੋ ਪਸ਼ਮ ਚੈੱਕ ਕਰ ਲਓ ਮਾਸ਼ਾਅੱਲਾ ਜੋੜੀ ਚੈੱਕ ਕਰੋ ਇਹ ਲਿਆ ਹਾਂ ਬਕਾਇਆ ਗੱਲ ਅਜ਼ਰ ਸਾਹਿਬ ਪਤਾ ਕੀ ਹੈ ਹਾਂਜੀ ਸਾਡੇ ਮੁਕਾਬਲੇ ਤੇ ਰਿਆਜ਼ ਆ ਰਿਹਾ ਇਸ ਟਾਈਮ ਸ਼ਹਿਜ਼ਾਦ ਸਾਡੇ ਮੁਕਾਬਲੇ ਤੇ ਨਹੀਂ ਆ ਰਿਹਾ ਕਿਉਂਕਿ ਰਿਆਜ਼ ਕੋਲ ਵੀ 80 90 ਡੰਗਰ ਬੱਚਾ ਹੁੰਦਾ ਸਾਡੇ ਕੋਲ 100 125 ਬੱਚਾ ਹੁੰਦਾ ਠੀਕ ਹੈ ਸਾਡਾ ਤੇ ਰਿਆਜ਼ ਦਾ ਮੁਕਾਬਲਾ ਸ਼ੁਰੂ ਤੋਂ ਰੱਖ ਕੇ ਹੁੰਦਾ ਪਿਆ ਇੱਥੇ ਉੱਤੇ ਨਾਲੇ ਸਾਡੇ ਭਰਾ ਨੇ ਦੋਵੇਂ ਭਰਾ ਨੇ ਅਸੀਂ ਇਹ ਨਹੀਂ ਗੱਲ ਸਾਡਾ ਮੁਕਾਬਲਾ ਸੀ ਕਿਹੜੀਆਂ ਭੂਵੇਂ ਵੰਡਣੀਆਂ ਨੇ ਜਾਂ ਸਾਡਾ ਕਿਹੜਾ ਬੰਨਾ ਸਾਂਝਾ ਠੀਕ ਹੈ ਲੇਕਿਨ ਗੱਲ ਕਰਨ ਦਾ ਮਕਸਦ ਹੈ ਕਿ ਸ਼ਹਿਜ਼ਾਦ ਕਿੱਥੇ ਰਾਏ ਆਕਬ ਕਿੱਥੇ ਰਿਆਜ਼ ਕਿੱਥੇ ਇਹ ਮੁਕਾਬਲੇ ਵਾਲੀਆਂ ਗੱਲਾਂ ਕੋਣੀ ਇੱਕ ਖਾਬ ਹੈ ਤੇ ਵੇਖਦੇ ਪੈਣੇ ਦੁਨੀਆ ਠੀਕ ਹੈ ਤੇ ਖਾਬ 2-3 ਦਿਨ ਖੁੱਲ ਜਾਣੀ ਅੱਖ ਅੱਖਾਂ ਖੁੱਲ ਜਾਂਦੀਆਂ ਠੀਕ ਹੈ ਲੇਕਿਨ ਮੁਕਾਬਲਾ ਨਹੀਂ ਹੋਣਾ ਠੀਕ ਹੈ ਨਾ ਮੇਰਾ ਮੁਕਾਬਲਾ ਹੋ ਸਕਦਾ ਨਾ ਰਿਆਜ਼ ਨਾਲ ਮੁਕਾਬਲਾ ਹੋ ਸਕਦਾ ਠੀਕ ਹੈ ਅੱਲਾ ਪਾਕ ਇੱਜ਼ਤ ਦਿੱਤੀ ਹੈ ਅੱਲਾ ਕਿਸੇ ਨੂੰ ਅੱਲਾ ਇੱਜ਼ਤ ਦਿੰਦਾ ਨਾ ਕੋਈ ਬੰਦਾ ਮੈਂ ਨਹੀਂ ਵੇਖਿਆ ਕੋ ਨੂੰ ਜ਼ਿਲਤ ਕਰਨ ਨਾਲ ਨਾ ਬਿਲਕੁਲ ਜ਼ਰੀ ਨਹੀਂ ਕਰ ਸਕਦਾ ਕੋਈ ਨਹੀਂ ਜਿਹਨੂੰ ਅੱਲਾ ਇੱਜ਼ਤ ਦੇਵੇ ਠੀਕ ਹੈ ਠੀਕ ਹੈ ਰਿਆਜ਼ ਦਾ ਸਾਡਾ ਸ਼ੁਗਲ ਮੇਲਾ ਆਉਂਦਾ ਮੁਕਾਬਲੇ ਦੀਆਂ ਗੱਲਾਂ ਆਉਂਦੀਆਂ ਨੇ ਕਰੀਦਾ ਵੀ ਇਹ ਠੀਕ ਇਹ ਨਹੀਂ ਨਹੀਂ ਕਰੀਦਾ ਉਹਦੇ ਕੋਲ ਜਾ ਕੇ ਡੰਗਰ ਗਿਣ ਲਵਣ ਸਾਡੇ ਕੋਲ ਗਿਣ ਲਵਣ ਔਰ ਜਿਹੜਾ ਵੇ ਤਰੀਆ ਘਰ ਆਣ ਕੇ ਬਹਿ ਗਿਆ ਜਿਹੜਾ ਤਰੀਆ ਘਰ ਵਿੱਚ ਆਣ ਕੇ ਬਹਿ ਗਿਆ 30-35 ਡੰਗਰ ਸਾਡੇ ਕੋਲ 100 ਕਿੱਥੇ 30-35 ਕਿੱਥੇ ਠੀਕ ਹੈ ਠੀਕ ਹੈ ਬਕਾਇਆ 7-8 ਮਹੀਨੇ ਵਾਲੀਆਂ ਬਣਨੀਆਂ ਨੇ ਕਦੇ ਵੇਖੋ ਨਾ ਮਾਰੋ ਇੱਕ ਧਿਆਨ ਕੈਮਰਾ ਮਾਰੋ ਨਾ ਮਾਸ਼ਾਅੱਲਾ ਕਿੰਨਾ ਮਾਲ ਹੈ ਦਿਹਾੜੀ ਵਾਲੇ 2 ਦਿਨ ਅੱਜ ਨੇ ਇੱਥੇ ਨੇ 2 ਦਿਨ ਉੱਥੇ ਨੇ 2 ਦਿਨ ਉੱਥੇ ਨੇ ਉਹਨਾਂ ਦਾ ਕੁਝ ਵੀ ਨਹੀਂ ਜਾਣਾ ਸਹੀ ਗੱਲ ਹੈ ਨੁਕਸਾਨ ਹੁੰਦਾ ਤੇ ਆਪਣਾ ਹੁੰਦਾ ਬੰਦਾ ਜਦੋਂ ਵੇਖ ਕੇ ਆਪਣੇ ਪੈਰਾਂ ਨੂੰ ਵੇਖ ਕੇ ਟੁਰਦਾ ਨਾ ਬੰਦਾ ਮਾਰ ਨਹੀਂ ਖਾਂਦਾ ਬੇਸ਼ੱਕ ਤੇ ਜਦੋਂ ਕਿਸੇ ਦੀਆਂ ਗੱਲਾਂ ਦੇ ਲੱਗ ਕੇ ਟੁਰੇਗਾ ਨਾ ਉਸ ਨੂੰ ਹਮੇਸ਼ਾ ਮਾਰ ਖਾਏਗਾ ਬਿਲਕੁਲ ਸਹੀ ਗੱਲ ਹੈ ਮਾਸ਼ਾਅੱਲਾ ਲੇਕਿਨ ਕਾਰੋਬਾਰ ਕਰੋ ਥੋੜਾ ਕਰੋ ਬਹੁਤਾ ਕਰੋ ਸੁਥਰਾ ਕਰੋ
ਠੀਕ ਹੈ, ਐਡੀ ਦੂਰੋਂ ਆਉਣ ਜਿੰਦੇ ਤੁਸੀਂ ਇੱਕ ਬੰਦੇ ਦੀ ਵੀਡੀਓ ਬਣਾਈ ਹੈ ਅੱਠਾਂ ਚੋਟੀਆਂ ਦੀ, ਠੀਕ ਹੈ, ਹੁਣ ਉੱਥੇ ਦੁਨੀਆਂ ਆਉਂਦੀ ਹੈ ਉਹ ਖਰਾਬ ਹੁੰਦੀ ਪਈ ਹੈ। ਕੱਲ ਵੀ ਇੱਕ ਬੰਦਾ ਉਹਨੇ ਸਾਨੂੰ ਫੋਨ ਕੀਤਾ ਕਿ ਯਾਰ ਸਰ ਨੇ ਵੀਡੀਓ ਬਣਾਈ ਹੈ, ਉਦਨ ਤੱਕ ਮਾਲ ਹੀ ਨਹੀਂ ਹੈਗਾ, ਹੁਣ 8-10 ਚੋਟੀਆਂ ਦਾ ਜਿੱਥੇ 100 ਚੋਟੀ 24 ਗਾਂਢੇ ਖਲੋਤੀ ਹੈ, ਜਿੱਥੇ 8 ਚੋਟੀਆਂ ਦੀ ਉਹਦੀ ਵੀਡੀਓ ਬਣ ਗਈ, ਉਹ ਵੇਖਿਆ ਆਵਾਮ ਤਾਂ ਜ਼ਲੀਲ ਹੋ ਗਈ। ਬਿਲਕੁਲ, ਇਸ ਗੱਲ ਨੂੰ ਤੁਸੀਂ ਵੀ ਸਮਝਦੇ ਜੇ ਨਾ, ਆਵਾਮ ਤਾਂ ਜ਼ਲੀਲ ਹੋ ਗਈ, ਕਿਰਾਇਆ ਖਰਚਾ ਕੀਤਾ, ਮੁੜ ਵਾਪਸ ਗਗਾ ਗਿਆ ਉੱਥੇ ਜੀ, ਮਾਲ ਵਿਕ ਗਿਆ ਵਾਪਸ ਗਿਆ, ਇੱਥੇ ਆਵੋ ਇੱਥੇ 24 ਗਾਂਢੇ ਤੁਹਾਨੂੰ ਚੋਖਾ ਨਹੀਂ ਤਾਂ 70-80 ਜਾਨਵਰ 24 ਘੰਟੇ ਮੌਜੂਦ ਮਿਲੇਗਾ, ਮੌਜੂਦ ਦਿਨ ਨੂੰ ਆਵੋ ਰਾਤ ਨੂੰ ਆਵੋ ਮਿਲੇਗਾ ਲਾਜ਼ਮੀ। ਬਿਲਕੁਲ, 2 ਮਹੀਨੇ ਤੋਂ ਲੈ ਕੇ 8 ਮਹੀਨੇ ਤੱਕ ਕੋਈ ਬਿਆਨਾ ਨਹੀਂ, ਤੁਸੀਂ ਆਵੋ ਵਿਜ਼ਿਟ ਕਰਨ ਦੇ ਬਹਾਨੇ ਬੰਦੇ ਰਾਤ ਨੂੰ ਪਹਿਲੀ ਸੱਜਣ ਦੀ ਨੇ ਨਿਕਲ ਜਾਂਦੇ ਨੇ ਤੁਰਨ ਫਿਰਨ, ਤੁਸੀਂ ਆਵੋ ਵੇਖੋ ਮਾਲ ਹੈ, ਪਸੰਦ ਕਰੋ, ਪਸੰਦ ਕਰਕੇ ਜਿੱਥੋਂ ਚੰਗਾ ਲੱਗੇ ਉੱਥੋਂ ਲਵੋ। ਬਿਲਕੁਲ, ਮਾਸ਼ਾਅੱਲਾ ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ, ਬਰੀਕ ਬੁੱਠੀ ਕਾਲੀ ਸ਼ਾਹ, ਕੀ ਬਾਤ ਹੈ, ਕਾਲਾ ਸੋਨਾ ਕਾਲਾ ਹੀ ਹੁੰਦਾ ਹੈ, ਪਸ਼ਮ ਜੁੱਟੀ ਦੀ ਚੈੱਕ ਕਰੋ, ਸਿਰ ਚੈੱਕ ਕਰੋ, ਹਾਂਜੀ ਮਾਸ਼ਾਅੱਲਾ। ਲਓ ਜੀ ਇਸ ਸਾਡੇ ਚਾਚਾ ਬੁਠਾ ਆਇਆ ਜੀ ਸਾਹਿਬ, ਮਜ਼ਾ ਹੀ ਉਦੋਂ ਆਉਂਦਾ ਜਦੋਂ ਮੁਕਾਬਲੇ ਪੈਂਦੇ ਨੇ, ਹਾਂਜੀ ਆਪਣੇ ਘਰ ਦੇ ਵਿੱਚ ਬਹਿ ਕੇ ਹਰ ਬੰਦਾ ਹੀ ਡਾਕਰੇ ਮਾਰ ਲੈਂਦਾ, ਬਿਲਕੁਲ ਸਹੀ ਗੱਲ ਹੈ, ਆਪਣੇ ਘਰ ਵਿੱਚ ਬਹਿ ਕੇ ਨਾ ਡਾਕਰੇ ਹਰ ਕੋਈ ਮਾਰ ਲੈਂਦਾ, ਇੰਜ ਗੱਲ ਹੈ, ਲੇਕਿਨ ਪਤਾ ਉਦੋਂ ਹੀ ਲੱਗਦਾ ਜਦੋਂ ਮੈਦਾਨ ਲੱਗਦੇ ਨੇ, ਹਾਂਜੀ ਅਸਾਂ ਹੁਣ ਮੈਦਾਨ ਲਾਇਆ ਹੈ ਨਾ, ਹਾਂ ਤੇ ਸਾਡੇ ਨਾਲ ਮੈਦਾਨ ਲਾ ਲਵਣ, ਬਿਲਕੁਲ ਸਹੀ ਗੱਲ ਹੈ, ਮੈਦਾਨ ਲਾਵਣ ਉੱਥੇ ਪਤਾ ਲੱਗ ਜਾਏ ਇਹਦਾ, ਬਿਲਕੁਲ ਸਹੀ ਗੱਲ ਹੈ, ਹੁਣ ਤੇ ਮੈਂ ਗੱਲਾਂ ਕਰਦਾ ਹਾਂ, ਮੈਨੂੰ ਕਿਹੜਾ ਕਿਸੇ ਰੋਕਣਾ ਹੈ, ਹਾਂ ਕੋਈ ਨਹੀਂ, ਸਵਾਲ ਤਾਂ ਹੈ ਜਦੋਂ ਕਿਸੇ ਦੇ ਆਮਣੇ ਸਾਹਮਣੇ ਬੈ ਗੱਲ ਕਰੀ ਤੇ ਅੱਗੂ ਅਗਲਾ ਕੋਲ ਇਹਨੂੰ ਜਵਾਬ ਦੇਵੇ, ਹਾਂ ਸਹੀ, ਹੁਣ ਮੈਂ ਜੋ ਮਰਜ਼ੀ ਬੋਲ ਦੇਵਾਂ ਤੁਸੀਂ ਮੈਨੂੰ ਕੀ ਜਵਾਬ ਦੇਣਾ ਹੈ, ਹਾਂ ਕੁਐਸਚਨ ਜਦੋਂ ਗੱਲ ਬੰਦੇ ਨੂੰ ਵੇਖ ਸੋਚ ਕੇ ਕਰਨੀ ਚਾਹੀਦੀ, ਬਿਲਕੁਲ ਸਹੀ ਗੱਲ ਹੈ, ਮੁਕਾਬਲੇ ਜਿਹੜੇ ਨਾ ਹੋਣੇ ਚਾਹੀਦੇ ਨੇ, ਹਾਂਜੀ ਕੰਪੀਟੀਸ਼ਨ ਹੁੰਦੇ ਨੇ, ਆ ਮੱਝਾਂ ਦੇ ਮੇਲੇ ਲੱਗਦੇ ਨੇ, ਉਹ ਆਂਦਾ ਜੀ ਇਹਨੇ ਮੇਰੇ ਮੁਕਾਬਲੇ ਤੋਂ ਚੋਈ ਕਿਉਂ ਹੈ, ਹਾਂਜੀ ਸ਼ੌਕ ਹੋਣਾ ਚਾਹੀਦਾ ਹਰ ਬੰਦੇ ਨੂੰ, ਸ਼ੌਕ ਹੋਣਾ ਚਾਹੀਦਾ ਮੁਕਾਬਲੇ ਦਾ, ਬਿਲਕੁਲ ਯਾਰ ਮੇਰਾ ਜਾਨਵਰ ਚੰਗੇ ਤੋਂ ਚੰਗਾ ਹੋਵੇ, ਹੁਣ ਕਬੱਡੀਆਂ ਹੁੰਦੀਆਂ ਨੇ ਉਦੋਂ ਉਦੋਂ ਮੁਕਾਬਲੇ ਹੁੰਦੇ ਨੇ, ਹਾਂਜੀ ਮੁੜ ਜਿਹਨੂੰ ਅੱਲਾ ਇੱਜ਼ਤ ਦੇਵੇ, ਬੇਸ਼ੱਕ ਮੱਝਾਂ ਚਮੀਆਂ ਨੇ, ਲੋਕਾਂ ਨੇ ਮੱਝਾਂ ਰੱਖੀਆਂ ਨੇ, ਹੁਣ ਸ਼ੌਕਤ ਡੋਗਰ ਏ, ਤੂੰ ਮੈਂ ਉਰਾ ਪਰਾਂ ਫੈਸਲਾਬਾਦ ਲਾਹੌਰ, ਆਪਣੇ ਆਪਣੇ ਸ਼ੌਕ ਤੂੰ ਅਗਲੇ ਸਾਂਭ ਕੇ ਲਿਆਉਂਦੇ ਨੇ, ਲਿਆਉਂਦੇ ਨੇ ਪੇੜੇ ਚ ਮੁੜ ਜਿਹਨੂੰ ਇੱਜ਼ਤ ਅੱਲਾ ਦੇਵੇ, ਬਿਲਕੁਲ ਹਰਨ ਵਾਸਤੇ ਤਾਂ ਕੋਈ ਆਉਂਦਾ ਨਹੀਂ, ਆਉਂਦਾ ਜੁੱਤਾ ਨਹੀਂ ਆਉਂਦਾ, ਹਾਂਜੀ ਤੇ ਚੰਗੇ ਤੋਂ ਚੰਗਾ ਮਾਲ ਲੈ ਕੇ ਆਉਂਦਾ, ਹਾਂਜੀ ਉਸ ਦੀ ਵਜ੍ਹਾ ਤੂੰ, ਅਸੀਂ ਵੀ ਚੰਗੇ ਤੋਂ ਚੰਗਾ ਮਾਲ ਲੈ ਕੇ ਆਉਂਦੇ ਕਿ ਯਾਰ ਸਾਡਾ ਵੀ ਮਾਲ ਚੰਗਾ ਹੋਵੇ, ਚੰਗਾ ਠੀਕ ਹੈ ਨਾ, ਤੇ ਮੁਕਾਬਲਾ ਕਰੀਏ ਤੇ ਜਾਨਵਰ ਚੰਗੇ ਤੋਂ ਚੰਗੇ ਤਾਂ ਹੀ ਲੱਭਦੇ, ਤਾਂ ਹੀ ਲੱਭਦੇ, ਸਹੀ ਗੱਲ ਹੈ, ਮਾਸ਼ਾਅੱਲਾ ਚੈੱਕ ਕਰੋ ਜੁੜ ਚੁੱਕੇ ਇੱਧਰ ਲਿਆ, ਤੇ ਸਾਡੇ ਦੋਸਤਾਂ ਨੂੰ ਆਏ ਸਾਰੀਆਂ ਗੱਲਾਂ ਹੀ ਤੁਸੀਂ ਕਰਦੇ ਰਹੇ ਜੀ, ਮਾਲ ਤੁਸੀਂ ਕੋਲੇ ਵਿਖਾਇਆ ਨਾ, ਤਸੱਲੀ ਕੀਤੀ ਹੋ ਜੀ, ਸ਼ੌਕ ਕੀਤੀ ਹੋ, ਸਾਨੂੰ ਚੌਕੀਆਂ, ਠੀਕ ਹੈ ਨਾ,
ਨਸਲੀ ਜਾਨਵਰ ਬਦ ਨਸਲੇ ਨਹੀਂ ਹੈ ਬੇਸ਼ੱਕ ਠੀਕ ਹੈ ਨਾ ਜਿਹੜਾ ਨਸਲੀ ਜਾਨਵਰ ਹੁੰਦਾ ਹੈ ਨਾ ਜਿਹਦੇ ਵਿੱਚ ਕੋਈ ਥੋੜਾ ਕੁ ਵੀ ਅੱਲਾ ਨੇ ਪਾਇਆ ਹੋਵੇ ਉਹ ਆਪਣਾ ਰੰਗ ਜ਼ਰੂਰ ਵਿਖਾਉਂਦਾ ਠੀਕ ਹੈ ਨਾ ਰੰਗ ਜ਼ਰੂਰ ਵਿਖਾਉਂਦੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਗੱਲ ਸੱਚੀ ਹੈ ਨੋਟ ਕਰਨ ਵਾਲੇ ਬਿਲਕੁਲ ਮੈਂ ਨਹੀਂ ਆਖਿਆ ਸਿਆਣਿਆਂ ਖਾਨ ਸਹੀ ਕਹੇ ਨੇ ਨਸਲਾਂ ਜੋਰ ਵਿਖਾਉਂਦੀਆਂ ਜਦੋਂ ਉਖਲੀ ਗੱਤ ਲੱਗਿਆ ਬਿਲਕੁਲ ਯਾਰ ਮਾਲ ਸਾਡਾ ਚੰਗਾ ਠੀਕ ਹੈ ਤੇ ਸਾਨੂੰ ਕੋਈ ਬੰਦਾ ਕੇ ਬੈੜਾ ਤੋਂ ਸਾਨੂੰ ਦੁੱਖ ਲੱਗਦਾ ਦੁੱਖ ਲੱਗਦਾ ਠੀਕ ਹੈ ਕਿਉਂਕਿ ਵੇਖੋ ਨਾ ਡੰਗਰ ਚੈੱਕ ਕਰਾ ਮੇਰੇ ਇੱਕ ਨਹੀਂ 101 ਡੰਗਰ ਚੈੱਕ ਕਰਾਵੇਗਾ ਨਾ ਇੱਕ ਵੇਖਣ ਕੇ ਦੂਜਾ ਬੁੱਲੇਗਾ ਦੂਜਾ ਵੇਖਣ ਕੇ ਤੀਜਾ ਬੁੱਲੇਗਾ ਠੀਕ ਹੈ ਲੇਕਿਨ ਡੰਗਰ ਚੰਗਾ ਵਾ ਤਾਂ ਦੁੱਖ ਲੱਗਦਾ ਅਸਲ ਕੋਈ ਬੰਦਾ ਗਲਤ ਕਿਸੇ ਵਾਸਤੇ ਹਾਂਜੀ ਮਾਸ਼ਾਅੱਲਾ ਚੈੱਕ ਕਰੋ ਕਦ ਕਾੜ ਚ ਲੰਮੀ ਵੇਲ ਚ ਬੁੱਥੀ ਚੈੱਕ ਕਰੋ ਮਾਸ਼ਾਅੱਲਾ ਸਾਡੀ ਜੁੱਟੀ ਯੋਰ ਮਾਰੇ ਕੋਈ ਵਾਧਾ ਘਾਟਾ ਕਰੇ 8 ਦਿਨਾਂ ਚ ਅਸੀਂ ਜ਼ਿੰਮੇਦਾਰ ਸਾਡੀ ਜੁੱਟੀ ਦਾ ਇੱਥੋਂ ਵਜ਼ਨ ਹੋਇਆ ਜਾ ਕੇ 100 ਕਿਲੋਮੀਟਰ ਤੇ ਕਰਾਵਣ 50 ਕਿਲੋਮੀਟਰ ਤੇ ਕਰਾਵਣ ਘਟੇਗਾ ਅਸੀਂ ਜ਼ਿੰਮੇਦਾਰ ਬਣਾ ਕੇ ਬਿਲਕੁਲ ਸਹੀ ਲੇਕਿਨ ਡਾਕਟਰ ਇੱਥੇ ਆਵੇਗਾ ਨਾ ਡੋਡੀ ਵੀ ਟੈਨਸ਼ਨ ਖਤਮ ਹੋ ਜਾਏਗੀ ਸਾਡੀ ਵੀ ਖਤਮ ਹੋ ਜਾਏਗੀ ਆ ਸਹੀ ਗੱਲ ਹੈ ਠੀਕ ਹੈ ਤਸੱਲੀ ਹੋ ਜਾਵੇਗੀ ਠੀਕ ਹੈ ਡਾਕਟਰ ਨਾਲ 2,000, 4,000, 5,000, 10,000 ਵੀ ਅਗਰ ਲੈਂਦਾ ਹੈ ਨਾ ਉਹਨੂੰ ਦੇ ਕੇ ਡਾਕਟਰ ਨੂੰ ਨਾਲ ਲੈ ਕੇ ਆਵੋ ਬਿਲਕੁਲ ਸਹੀ ਠੀਕ ਹੈ ਆਪਣੀ ਤਸੱਲੀ ਇੱਥੇ ਕਰਾਵੋ ਸਹੀ ਹੋ ਗਿਆ ਜੀ ਨਾਰਾ ਤਕਬੀਰ ਮਾਰੀਏ ਮਾਸ਼ਾਅੱਲਾ ਜੀ ਵੀਡੀਓ ਬਹੁਤ ਲੰਮੀ ਹੋ ਗਈ ਜੀ ਮਾਸ਼ਾਅੱਲਾ ਲੋ ਜੀ ਚੱਕ ਅਸੀਂ ਉਵੇਂ ਵਿਊ ਦਿਖਾ ਦੇਣਾ ਜੀ ਤਸੱਲੀ ਨਾਲ ਹਾਂ ਬਿਲਕੁਲ ਜੀ ਮੈਂ ਸਾਰੇ ਇੱਕ ਸਾਰੇ ਤੋਂ ਸ਼ੁਰੂ ਹੋਣਾ ਭਰਾਵਣ ਵਿਖਾਉਣਾ ਜੀ ਤਾਂ ਕਿ ਮੇਰੇ ਭਰਾ ਮੇਰੇ ਯੂਟਿਊਬ ਫੈਮਿਲੀ ਨਾਲ ਅੱਜ ਮੇਰੇ ਨਾਲ ਮੁਹੱਬਤ ਉਹ ਕਰਨੀ ਜਿਹੜੀ ਅੱਜ ਤੱਕ ਨਹੀਂ ਹੋਈ ਮਾਸ਼ਾਅੱਲਾ ਲਖਮੀਣ ਸਿੰਘ ਲਾਜ਼ਮੀ ਕਰਨਾ ਜਿਹੜਾ ਮਾਲ ਹੋਵੇ ਚਗਲਾਏ ਸਾਹਿਬ ਦੇ ਹੱਕ ਵਿੱਚ ਅਜ਼ਹਾਰ ਕਰਨਾ ਫਿਰ ਉਸੇ ਮੁਤਲਕ ਮੈਂ ਇੱਕ ਵੀਡੀਓ ਸਪੈਸ਼ਲ ਬਣਾਵਾਂਗਾ ਜਿਹੜੇ ਭਰਾ ਮੇਰੇ ਨਾਲ ਮੁਹੱਬਤ ਕਰਦੇ ਨੇ ਉਹਨਾਂ ਦੇ ਨਾਲ ਦੱਸਿਆ ਜਾਏਗਾ ਲਓ ਜੀ ਆਹ ਇਹਨੇ ਸਾਡੇ ਨਾਲ ਮੁਹੱਬਤ ਕਰਨ ਵਾਲੇ ਮਾਲ ਚੈੱਕ ਕੀਤੀ ਉਹ ਆਇਆ ਕਿ ਇਨਸਾਫ ਤੁਹਾਡਾ ਕਿੰਨਾ ਮਾਲ ਖੜਾ ਹੋਇਆ ਤਸੱਲੀ ਦੇ ਨਾਲ ਅਤੇ ਮਾਸ਼ਾਅੱਲਾ ਕਿਆ ਬਾਤ ਲਾਜ਼ਮੀ ਰਾਏ ਸਾਹਿਬ ਨੂੰ ਇੱਕ ਦਫ਼ਾ ਅਜ਼ਮਾਓ ਮਾਲ ਜਿਹੜਾ ਇੱਕ ਦਫ਼ਾ ਆਏਗਾ ਅਤੇ ਤਸੱਲੀ ਕਰਕੇ ਜਾਏਗਾ ਮਾਸ਼ਾਅੱਲਾ ਜੀ ਕਿਆ ਬਾਤ ਹੈ ਜੀ ਇਸ ਸਾਈਡ 'ਤੇ ਵੀ ਕਿਆ ਬਾਤ ਹੈ ਕਿਆ ਬਾਤ ਹੈ ਤਸੱਲੀਆਂ ਕਰ ਲਓ ਜੀ ਸ਼ੌਕ ਪੂਰੇ ਕਰ ਲਓ ਜੀ ਉਮੀਦ ਕਰਨਾ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਜੀ ਚੰਗੀ ਲੱਗੇ ਅਤੇ ਸ਼ੇਅਰ ਕਰੋ ਹੁਣ ਮਾਨੇ ਨਾਲ ਮਾਸ਼ਾਅੱਲਾ ਪਾਕਿਸਤਾਨ ਜ਼ਿੰਦਾਬਾਦ।